ਖਬਰ ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਥਾਣੇ ਤੋਂ ਹੈ ਜਿੱਥੇ ਅੱਜ ਲਗਭਗ 1 ਮਹੀਨਾ ਪਹਿਲਾਂ ਹੋਏ ਬਲਾਤਕਾਰ ਮਾਮਲੇ 'ਚ ਪੀੜਿਤ ਪਰਿਵਾਰ ਨੇ ਧਰਨਾ ਲਾ ਕੇ ਪੁਲਿਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਜਪਾ ਆਗੂ ਅਤੇ ਕੁਝ ਸਮਾਜ ਸੇਵੀ ਵੀ ਧਰਨੇ ਦੌਰਾਨ ਪੀੜਿਤ ਪਰਿਵਾਰ ਦੀ ਮਦਦ ਲਈ ਪਹੁੰਚੇ। ਥਾਣੇ ਅੱਗੇ ਧਰਨਾ ਲੱਗਦਾ ਦੇਖ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਿਸ ਤੋਂ ਬਾਅਦ SHO ਨੇ ਮੌਕੇ ਤੇ ਪਹੁੰਚ ਕੇ ਪੀੜਿਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਇੱਕ ਦਿਨ 'ਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲੈਣਗੇ। ਪੀੜਿਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਗਭਗ 1 ਮਹੀਨਾ ਪਹਿਲਾਂ ਉਹਨਾਂ ਦੇ ਗੁਆਂਢ 'ਚ ਹੀ ਰਹਿਣ ਵਾਲੇ ਇੱਕ ਵਿਅਕਤੀ ਨੇ ਉਹਨਾਂ ਦੀ ਬੇਟੀ ਦੇ ਨਾਲ ਬਲਾਤਕਾਰ ਕੀਤਾ ਸੀ, ਪਰ 1 ਮਹੀਨਾ ਬੀਤ ਜਾਣ ਮਗਰੋਂ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਮਜਬੂਰਨ ਉਹਨਾਂ ਨੂੰ ਧਰਨਾ ਲਾਉਣਾ ਪਿਆ। ਪੀੜਿਤ ਪਰਿਵਾਰ ਨੇ ਮੁਲਜ਼ਮ ਦੇ ਸਿਆਸੀ ਲਿੰਕ ਹੋਣ ਦੀ ਵੀ ਗੱਲ ਆਖੀ। ਮੇਰਾ ਨਾਮ ਮੁਕੇਸ਼ ਖੁਰਾਨਾ ਜੀ, ਮੈਂ ਹਿੰਦੂ ਸਮਾਜ ਪਾਰਟੀ ਰਾਸ਼ਟਰ ਮਹਾਂ ਸਚਿਵ ਹਾਂ। 15 ਫਰਵਰੀ 2019 ਕੋ ਇਸ ਥਾਣੇ ਮੇਂ ਇੱਕ ਪਰਚਾ ਦਰਜ ਹੁਆ ਬਲਾਤਕਾਰ ਕਾ, ਜਿਸਮੇਂ ਡਾਕਟਰੀ ਮੁਲਾਜ਼ਾ ਸੇ ਲੇਕਰ 376-506 ਦਫਾ ਲਗੀ ਹੈ। ਉਸਕੇ ਬਾਅਦ ਦੋਸ਼ੀਓਂ ਕੋ ਪਕੜ ਵੀ ਲਿਆ ਪੁਲਿਸ ਨੇ, ਉਸਕੇ ਬੇਟੇ ਕੋ ਔਰ ਉਸ ਬਾਪ ਕੋ। ਇੱਕ ਚੁਟਪੁਟੀਆ ਨੇਤਾ ਅਰੁਣ ਸ਼ਰਮਾ ਕੇ ਨਾਮ ਸੇ ਜੋ ਕਾਂਗਰਸੀ ਲੀਡਰ ਆਪਣੇ ਆਪ ਕੋ ਕਹਿਤਾ ਹੈ, ਉਸਨੇ MLA ਮੌਜੂਦਾ ਜੋ ਉਨਕੇ ਡਾਬਰ ਸਾਹਿਬ ਹੈ ਉਨਕਾ ਫੋਨ ਕਰਵਾ ਕੇ ਉਸਕੋ ਛੁਡਵਾ ਲਿਆ, ਔਰ ਉਸਕੇ ਬਾਅਦ ਪੁਲਿਸ ਨੇ ਨਾ ਤੋ ਉਨਕੋ ਪਕੜਾ ਨਾ ਉਨਕੋ ਕੁਛ ਕਹਾ, ਉਲਟਾ ਇਨਕੋ ਧਮਕੀਆਂ ਦੇ ਰਹੇ, ਅਗਰ ਆਪ ਜ਼ਰਾ ਥਾਣੇ ਮੇਂ ਜਾਓਗੇ ਦਬਾਵ ਕਰੋਗੇ ਤੋ ਯੇ ਕੁਛ ਕਰ ਲੇਂਗੇ ਤੁਮੇ ਅੰਦਰ ਕਰ ਦੇਂਗੇ। ਆਰੋਪੀ ਇਨਕੇ ਪੜੋਸ ਮੇਂ ਹੀ ਰਹਤਾ ਹੈ, ਇਨਕੇ ਮੁਹੱਲੇ ਮੇਂ ਹੀ ਰਹਤਾ ਹੈ। ਉਨ੍ਹੋਂਨੇ ਲੜਕੇ ਨੇ ਜਬ ਇਨਕੇ ਘਰ ਮੇਂ ਕੋਈ ਨਹੀਂ ਥਾ ਤੋ ਪ੍ਰਸ਼ਾਦ ਕੇ ਰੂਪ ਮੇਂ ਕੋਈ ਚੀਜ਼ ਨਸ਼ੇ ਕੀ ਡਾਲ ਕੇ ਇਸਕੇ ਸਾਥ ਬਲਾਤਕਾਰ ਕੀਆ। ਪੇਪਰੋਂ ਮੇਂ ਆਪਨੇ ਦੇਖਾ ਹੋਗਾ ਕਿ ਬਹੁਤ ਬੜਾ ਮੈਟਰ ਛਪਾ ਥਾ ਕਿ ਪ੍ਰਸ਼ਾਦ ਮੇਂ ਲੱਡੂਆਂ ਮੇਂ ਨਸ਼ਾ ਡਾਲ ਕੇ ਬਲਾਤਕਾਰ ਕੀਆ। ਲੜਕੀ ਕੀ ਉਮਰ ਜਬ ਬਲਾਤਕਾਰ ਹੁਆ ਤੋ ਮੇਰੇ ਖਿਆਲ 17-18 ਸੇ ਥੋੜ੍ਹਾ ਕਮ ਥੀ, ਜਬ FIR ਹੋਈ ਹੈ ਇਨ ਦੌਰਾਨ ਉਹ 18 ਸੇ 2-4 ਦਿਨ ਉੱਪਰ ਹੋ ਚੁੱਕੀ ਹੈ। ਆਰ ਏਜ ਦੀ ਲੜਕੀ ਦੇ ਨਾਲ 1 ਮਹੀਨਾ ਹੋ ਗਿਆ ਬਲਾਤਕਾਰ ਹੋਏ ਨੂੰ, ਔਰ ਉਸ ਲੜਕੇ 'ਤੇ ਪਰਚਾ ਦਰਜ ਹੋਇਆ, ਉਹਦੇ ਜੇ ਪਰਿਵਾਰ ਦੇ ਬੰਦਿਆਂ ਨੂੰ ਫੜ ਕੇ ਲਿਆਂਦਾ, ਔਰ ਇੱਕ ਸਾਡੇ ਕਾਂਗਰਸ ਦਾ ਕੋਈ ਦੱਸ ਰਹੇ ਨੇ ਲੀਡਰ ਜਿਹੜਾ ਉਹਨਾਂ ਨੂੰ ਆਪਣੇ ਜੁੰਮਰ 'ਤੇ ਛਡਵਾ ਕੇ ਲੈ ਗਿਆ, ਔਰ ਇਸ ਗੱਲ ਨੂੰ 20 ਦਿਨ ਹੋ ਗਏ ਨੇ। ਉਸ ਤੋਂ ਬਾਅਦ ਇਹ ਵਿਚਾਰਾ ਪਰਿਵਾਰ ਸਾਰਾ ਧੱਕੇ ਖਾ ਰਿਹਾ, ਕਮਿਸ਼ਨਰ ਸਾਹਿਬ ਦੇ SP ਸਾਹਿਬ ਦੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅੱਜ ਅਸੀਂ ਇਹਨਾਂ ਦੇ ਇਨਸਾਫ ਦਿਵਾਉਣ ਦੇ ਵਾਸਤੇ ਇੱਥੇ ਬੈਠੇ ਹਾਂ, ਔਰ ਅਸੀਂ ਕਮਿਸ਼ਨਰ ਸਾਹਿਬ ਅੱਗੇ ਮੰਗ ਕਰਨੇ ਹਾਂ ਜਿਹੜੇ ਅਫਸਰਾਂ ਨੇ ਆਪਣੀ ਜ਼ਿੰਮੇਵਾਰੀ 'ਤੇ ਇਹਨਾਂ ਨੂੰ ਛੱਡਿਆ ਹੈ, ਇੱਕ ਬਲਾਤਕਾਰੀਆਂ ਨੂੰ ਛੱਡਿਆ ਹੈ। ਉਧਰ ਡਿਵੀਜ਼ਨ ਨੰਬਰ 3 ਦੇ SHO ਨੇ ਮੌਕੇ ਤੇ ਪਹੁੰਚ ਕੇ ਪੀੜਿਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ 1 ਦਿਨ 'ਚ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਪਹੁੰਚਾ ਦੇਣਗੇ, ਜਿਸ ਤੋਂ ਬਾਅਦ ਪੀੜਿਤ ਪਰਿਵਾਰ ਨੇ ਆਪਣਾ ਧਰਨਾ ਚੁੱਕਿਆ। 15-2 ਦੇ ਵਿੱਚ ਇੱਕ 15-2-19 ਨੂੰ ਮੁਕੱਦਮਾ ਦਰਜ ਹੋਇਆ ਸੀਗਾ, ਐਸ਼ ਸਿੰਘ ਦੋਸ਼ੀ ਸੀ ਰਾਹੁਲ, 376 ਦਾ ਮੁਕੱਦਮਾ ਦਰਜ ਹੋਇਆ ਸੀਗਾ, ਜਿਹਦੇ ਨੂੰ ਨਸ਼ੇ ਵਾਲਾ ਲੱਡੂ ਖਵਾ ਕੇ ਕੁੜੀਆਂ ਸਰੀਰ ਫੋਟੋਆਂ ਖਿੱਚੀਆਂ ਅਤੇ ਉਸ ਤੋਂ ਬਾਅਦ ਉਸਨੂੰ ਬਲੈਕਮੇਲ ਕਰਦਾ। ਉਹਦੇ ਵਿੱਚ ਦੋਸ਼ੀ ਰਾਹੁਲ ਦੀ ਅਰੈਸਟ ਨੂੰ ਲੈ ਕੇ ਬਾਹਰ ਪ੍ਰਦਰਸ਼ਨ ਹੋਇਆ ਸੀ। ਅਸੀਂ ਪਹਿਲੇ ਦਿਨ ਤੋਂ ਹੀ ਜਦੋਂ ਦਾ ਮੈਂ ਇੱਕ ਚਾਰਜ ਸੰਭਾਲਿਆ, ਮੇਰੇ ਚਾਰਜ ਤੋਂ ਪਹਿਲਾਂ ਦਾ ਘਟਨਾ ਸੀਗੀ। ਉਸ ਦਿਨ ਤੋਂ ਅਸੀਂ ਜਿੰਨੇ ਰਾਹੁਲ ਜਿਹੜਾ ਦੋਸ਼ੀ ਆ ਉਹਦੇ ਮਦਰ ਫਾਦਰ ਸਿਸਟਰ ਜਿੰਨੀਆਂ ਉਹਦੀਆਂ ਰਿਸ਼ਤੇਦਾਰੀਆਂ ਸੀ ਉਹਨਾਂ ਦੇ ਫੋਨ ਨੰਬਰ ਕਲੈਕਟ ਕਰਕੇ ਉਹਨਾਂ ਦੀ CDR ਕਢਾ ਕੇ ਔਰ ਉਹਨਾਂ 'ਤੇ ਬਕਾਇਦਾ ਨਜ਼ਰ ਰੱਖੀ, ਇਹਨਾਂ ਫੋਨਸ 'ਤੇ ਵੀ ਕੋਈ ਕਾਲ ਲਗਾਤਾਰ ਜੇ ਆਉਂਦੀ ਹੋਵੇ ਕਿਸੇ ਬਾਹਰੋਂ ਪਾਸੇ ਤੋਂ, ਤਾਂ ਜੋ ਅਸੀਂ ਉਸ ਦੋਸ਼ੀ ਤੱਕ ਪਹੁੰਚ ਸਕੀਏ।
ਅਨਫੋਰਚੁਨੇਟਲੀ ਕੁਛ ਸਮਾਂ ਲੱਗ ਗਿਆ, ਪਰ ਹੁਣ ਸਾਨੂੰ ਸਾਡੇ ਕੋਲ ਅਸੀਂ ਐਗਜੈਕਟਲੀ ਉਸ ਫਿਗਰ ਆਊਟ ਕਰ ਚੁੱਕੇ ਹਾਂ ਕਿ ਉਹ ਬੰਦਾ ਕਿੱਥੇ ਹੈ। ਵਿਦ ਇਨ ਆਵਰਸ ਅਸੀਂ ਉਹਨੂੰ ਅਰੈਸਟ ਕਰ ਦਿਆਂਗੇ। ਸਰ, ਪ੍ਰਦਰਸ਼ਨਕਾਰੀ ਨੇ ਕਿੱਥੇ ਰੋਕ ਲਗਾਏ ਸੀ ਕਿ ਕਾਂਗਰਸ ਸਰਕਾਰ ਦੇ ਰਵੱਈਆ ਦੇਖ ਕੇ ਕਾਰਵਾਈ ਨਹੀਂ ਹੋਈ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਨਾ ਹੀ ਕਿਸੇ ਕਾਂਗਰਸੀ ਵਰਕਰ ਜਾਂ ਲੀਡਰ ਨੇ ਮੇਰੇ ਤੱਕ ਇਸ ਕੇਸ ਨਾਲ ਮੁਤਾਲਕ ਅਪਰੋਚ ਕੀਤਾ ਕਿਸੇ ਨੂੰ ਨਾ ਫੜਿਆ ਜਾਵੇ, ਅਜਿਹੀ ਕੋਈ ਗੱਲ ਨਹੀਂ। ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਵੀ ਲੱਗ ਜਦੋਂ ਬੰਦਾ ਕਿ ਸਰ ਇੰਨਾ ਟਾਈਮ ਕਿਉਂ ਲੱਗਾ ਕਿ ਮਤਲਬ ਰਾਤੀ ਤੱਕ ਪੜ੍ਹੇ ਨਹੀਂ ਗਏ ਸੀ ਧਰਨਾ ਲਗਾਉਣ ਨੂੰ ਮਜਬੂਰ ਹੋਣਾ ਪਿਆ ਪ੍ਰਦਰਸ਼ਨਕਾਰੀਆਂ ਨੂੰ? ਅਜਿਹੇ ਕੇਸਿਸ ਦੇ ਵਿੱਚ ਜਿਹੜੀ ਫੈਮਿਲੀ ਹਰਟ ਹੁੰਦੀ ਹੈ, ਨੋ ਡਾਊਟ ਕਿ ਫੈਮਿਲੀ ਹਰਟ ਸੀ, ਪਰ ਕਈ ਕੇਸਿਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਟਾਈਮ ਲੱਗ ਜਾਂਦਾ, ਦੋਸ਼ੀ ਕਈ ਵਾਰੀ ਬਾਹਰ ਨਿਕਲ ਜਾਂਦਾ, ਉਹਨੂੰ ਫੜਨ ਲਈ ਉਹਦੇ ਤੱਕ ਪਹੁੰਚਣ ਲਈ ਪੁਲਿਸ ਨੂੰ ਟਾਈਮ ਲੱਗ ਜਾਂਦਾ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।